ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਸਾਰੇ ਦੋਸਤਾਂ ਦਾ? ਉਮੀਦ ਹੈ ਸਾਰੇ ਠੀਕ ਹੋਣਗੇ ਜਨਾਬ। ਅੱਜ ਮੇਰੇ ਕੋਲ 45 ਪੀਸ ਨੇ ਅਤੇ ਤੁਹਾਡਾ ਭਰਾ ਜਿਹੜਾ ਨਾ, ਚੈੱਕ ਕਰੋ ਕਿੱਧਰ ਆਇਆ ਅੱਜ। ਖਜੂਰਾਂ ਦੇ ਬਾਗ ਨੇ, ਮਜ਼ਰੇ ਨੇ ਮਾਸ਼ਾਅੱਲਾ, ਅਤੇ ਤੁਹਾਨੂੰ ਚੈੱਕ ਕਰਾਉਂਦਾ। ਖਜੂਰਾਂ ਲੱਗੀਆਂ ਹੁੰਦੀਆਂ ਨੇ ਅਤੇ ਜਿਸ ਬੰਦੇ ਦਾ ਏਰੀਆ ਹੁੰਦਾ ਨਾ, ਉਹ ਤਾਂ ਖਜੂਰਾਂ ਬੜੀਆਂ ਖਾਂਦਾ। ਮੈਂ ਤਾਂ ਮਜ਼ਰੇ ਵਾਲੇ ਕੋਲ ਇੱਥੇ ਬੰਦੇ ਲੱਗੇ, ਉਹਨਾਂ ਕੋਲ ਖਜੂਰਾਂ ਲੈ ਲੈਂਦਾ। ਇਹ ਕੋਈ ਪੁਰਾਣਾ ਬਣਿਆ, ਪਤਾ ਨਹੀਂ ਕੀ ਹੈ, ਮਿੱਟੀ ਦਾ ਬਣਾਇਆ ਇਹਨਾਂ ਨੇ। ਅੱਗੇ ਦੇਖ ਲਾ ਤੂੰ, ਇਹ ਕਿਤੇ ਟਰੈਲੇ ਵਾਲੇ ਨਹੀਂ ਡਰਦੇ, ਬਿਲਕੁਲ ਵੀ ਨਹੀਂ ਡਰਦੇ। ਦੇਖਿਆ ਨਾ, ਸਾਰੇ ਖਜੂਰਾਂ ਦੇ ਬਾਗ ਨੇ ਅਤੇ ਫਸਲਾਂ ਨੇ। ਇਹ ਪੁਰਾਣੇ ਘਰ ਹੁੰਦੇ ਰਹੇ ਨੇ ਕਿਤੇ, ਸਾਰੇ ਖਤਮ ਹੋ ਗਏ ਪੁਰਾਣੇ ਜ਼ਮਾਨੇ। ਦੇਖਿਆ ਮਿੱਟੀ ਦੇ ਘਰ ਬਣੇ ਹੁੰਦੇ ਸੀ, ਉਹ ਸਾਹਮਣੇ ਦੇਖੋ ਆਪਣੇ। ਇਹ ਪੁਰਾਣੇ ਘਰ ਸੀ, ਪਤਾ ਨਹੀਂ ਕਿਹੜੀ ਸਦੀਆਂ ਦੇ, ਜਿਹੜੇ ਪਹਿਲੇ ਲੋਕ ਰਹਿੰਦੇ ਰਹੇ ਨੇ ਵਿਚਾਰੇ। ਹੁਣ ਤਾਂ ਕੱਚੇ ਘਰ ਕਿਤੇ ਨਹੀਂ ਰਹੇ। ਵੈਸੇ ਜਿਹੜਾ ਮੇਰਾ ਇਲਾਕਾ ਨੇ, ਜਿਹੜਾ ਮੈਨੂੰ ਏਰੀਆ ਦਿੱਤਾ, ਬਹੁਤ ਵੱਡਾ ਹੋ ਜਾ, ਮਜ਼ਰੇ ਹੀ ਮਜ਼ਰੇ ਨੇ। ਦਿਨੇ ਤਾਂ ਟੈਨਸ਼ਨ ਕੋਈ ਨਹੀਂ, ਪਰ ਰਾਤੀ ਡਰ ਹੀ ਲੱਗਾ ਰਹਿੰਦਾ। ਇਹ ਪਠਾਨ ਅੰਦਰ ਲੱਗੇ ਹੁੰਦੇ, ਪਠਾਨ ਸਰਾਇਕੀ, ਖਜੂਰਾਂ ਤੋੜਨ ਵਾਸਤੇ। ਅੱਗੇ ਫਸਲਾਂ ਲਾਈਆਂ ਇਹਨਾਂ ਨੇ, ਖਜੂਰ ਵੀ ਖਜੂਰ। ਇਹ ਫਸਲਾਂ ਸ਼ੁਰੂ ਹੋ ਗਈਆਂ ਨੇ, ਸਬਜ਼ੀ ਵਗੈਰਾ ਜਿਹੜੀ ਲਾਉਂਦੇ ਨੇ। ਮੈਂ ਦੇਖਿਆ ਨਾ, ਇਹ ਗੋਭੀ ਲਾਈ ਦੀ ਇਹਨਾਂ ਨੇ, ਵੱਡੀ ਆ ਗਈ ਅੱਗੇ। ਇਹਦੇ ਅੰਦਰ ਵੀ ਉਹ ਸਾਹਮਣੇ ਸਬਜ਼ੀਆਂ ਲਾਈਆਂ, ਦੇਖਿਆ ਨਾ। ਪਾਣੀ ਲਾਉਣ ਵਾਲਾ, ਪੈਪ ਲੱਗੇ ਨਿੱਕੇ ਨਿੱਕੇ, ਇਹਦੇ ਨਾਲ ਪਾਣੀ ਜਿਹੜਾ ਥੱਲੇ ਆਉਂਦਾ, ਪਹਿਲੇ ਵੱਡੇ ਪੈਪ 'ਚ ਆਉਂਦਾ, ਫਿਰ ਇਹ ਥੱਲੇ। ਪਤਾ ਨਹੀਂ ਘਾਸ ਆ ਕੋਈ, ਇਹ ਜਦੋਂ ਮਾਹੌਲ ਦੇਖੀਏ ਤਾਂ ਫਿਰ ਪਿੰਡ ਜ਼ਿਆਦਾ ਆ ਜਾਂਦਾ। ਉਹ ਸਾਹਮਣੇ ਖਜੂਰਾਂ ਨੇ, ਜਿੰਨੇ ਖਜੂਰਾਂ ਦੇ ਦਰਖਤ ਨੇ, ਬਾਗ ਨੇ, ਪਠਾਨਾਂ ਨੇ, ਸਰਾਗੀਆਂ ਨੇ ਠੇਕਾ ਲਿਆ ਹੁੰਦਾ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਵੀਡੀਓ ਨੂੰ ਲਾਈਕ ਕਰਿਆ ਕਰੋ ਯਾਰ, ਸ਼ੇਅਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਮੈਂ ਇੱਥੇ ਹੁਣ ਡਿਲੀਵਰੀ ਦੇਣੀ ਹੈ ਘਰ, ਵੀਡੀਓ ਲੱਗਾ ਬੰਦ ਕਰਨ, ਆਵਾਮ ਸੁੱਤੀ ਹੈ, ਅਸੀਂ ਕੰਮ ਲੱਗੇ।